ਤੁঝে ਆਸਟ੍ਰੇਲੀਆ ਤੋਂ ਰਿਫਿਊਜ਼ਲ ਆ ਗਈ ਜੀਡੀ ਕਲੀਅਰ ਨਹੀਂ ਹੋਇਆ ਮਨਾ ਹੋ ਗਿਆ ਤਰਸਤੇ ਹੋਰ ਬਥੇ ਦੇ ਖੋਲ ਜਾਂਦੇ ਹੈ ਜੀਡੀ ਉਹ ਨਾ ਬੱਚਿਆਂ ਦੇ ਲਈ ਜਿਹੜੇ ਆਸਟ੍ਰੇਲੀਆ ਪੜਨ ਜਾਣਾ ਚਾਹੁੰਦੇ ਸੀ ਬਟ ਰਿਫਿਊਜ਼ ਹੋ ਚੁੱਕੇ ਆ ਜਾਂ ਫਿਰ ਜੀਟੀ ਕਲੀਅਰ ਨਹੀਂ ਹੋਇਆ ਸੀਓਈ ਨਹੀਂ ਆਪ ਆ ਰਹੀ 2022 ਚ ਪਲੱਸ 2 ਪਾਸ ਕੀਤੀ ਹੈ ਤਾਂ ਨਿਊਜ਼ੀਲੈਂਡ ਪੜਨ ਜਾਇਆ ਜਾ ਸਕਦਾ ਵੈਰੀ ਗੁੱਡ অপਸ਼ਨ ਫॉर ਦੋ ਸਟੂਡੈਂਟਸ ਜਿਹੜੇ ਪਹਿਲਾਂ ਪੈਸੇ ਨਹੀਂ ਖਰਚਣਾ ਚਾਹੁੰਦੇ ਸਾਹਿਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਸ਼ਾਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਮਾਧਿਅਮ ਰਾਹੀਂ ਅੱਜ ਗੱਲ ਕਰਾਂਗੇ ਉਹਨਾਂ ਸਟੂਡੈਂਟਸ ਜਿਹੜੇ ਆਸਟ੍ਰੇਲੀਆ ਨੂੰ ਅਪਲਾਈ ਕਰਨਾ ਚਾਹੁੰਦੇ ਸੀ ਬਟ ਕਿਸੇ ਨਾ ਕਿਸੇ ਕਾਰਨ ਕਰਕੇ ਜੀਟੀ ਕਲੀਅਰ ਨਹੀਂ ਹੋਇਆ ਜਾਂ ਵੀਜ਼ਾ ਰਿਫਿਊਜ਼ ਹੋ ਗਿਆ ਕਹਿਣ ਲੱਗਿਆ ਵੀ ਡਰ ਲੱਗਦਾ ਰਿਫਿਊਜ਼ਲ ਬੜਾ ਵੱਡਾ ਇੱਕ ਖੌਫ ਹੈ ਪੰਜਾਬ ਦੇ ਵਿੱਚ ਬਟ ਨਿਰਾਸ਼ ਹੋਣ ਦੀ ਲੋੜ ਨਹੀਂ ਯਾਰ ਜਦੋਂ ਤੁਹਾਨੂੰ ਇੱਕ ਮੈਂ ਕਿਤੇ ਪੜਿਆ ਸੀ ਨੋ ਮਿਲਦੀ ਨਾ ਨੋ ਐਂਡ ਨੋ ਉਹਦਾ ਮਤਲਬ ਹੁੰਦਾ ਨੈਕਸਟ ਓਪਰਚ्युनिटी ਤੁਸੀਂ ਮੈਂ ਤਾਂ ਬੜਾ ਪੋਜ਼ਿਟਿਵਲੀ ਇਸ ਨੂੰ ਨੂੰ ਲੈਣਾ ਕਿ ਅਗਰ ਜਿੱਥੇ ਨਾ ਹੋਈ ਵੀ ਹੈ ਤਾਂ ਆਪਣੇ ਕੋ ਹੋਰ ਇੱਕ ਨਵਾਂ ਦਰਵਾਜ਼ਾ ਤੁਹਾਡੇ ਲਈ ਖੋਲਣਾ ਹੈ। ਸੋ ਜੇ ਆਸਟ੍ਰੇਲੀਆ ਤੋਂ ਰਿਫਿਊਜ਼ਲ ਆ ਗਈ ਜੀਟੀ ਕਲੀਅਰ ਨਹੀਂ ਹੋਇਆ ਮਨਾ ਹੋ ਗਿਆ ਤਾਂ ਰਸਤੇ ਹੋਰ ਬਥੇਰੇ ਖੁੱਲ ਜਾਂਦੇ ਨੇ। ਬਹੁਤ ਸਾਰੇ ਬੱਚੇ ਨੇ ਸਾਨੂੰ ਪਿਛਲੀ ਵੀਡੀਓ ਚ ਕਮੈਂਟ ਕੀ ਕਰਕੇ ਪੁੱਛਿਆ ਕਿ ਆਸਟ੍ਰੇਲੀਆ ਰਿਫਿਊਜ਼ਲ ਨਿਊਜ਼ੀਲੈਂਡ ਦਾ ਕੀ ਸਕਸੈਸ ਰੇਟ ਹੈ। ਤੇ ਮੈਂ ਆਪਣਾ ਆਰਜਿਕ ਬੋਲਦਾ ਦੱਸ ਦਿਆਂ ਸਾਡਾ ਹੁਣ ਤੱਕ ਦਾ 100% ਸਕਸੈਸ ਰੇਟ ਹੈ ਆਸਟ੍ਰੇਲੀਆ ਤੋਂ ਰਿਫਿਊਜ਼ ਹੋਏ ਬੱਚੇ ਦਾ ਜਿਹਨਾਂ ਨਿਊਜ਼ੀਲੈਂਡ ਅਪਲਾਈ ਕੀਤਾ। ਜਾਕੇ ਤੁਸੀਂ ਟੈਸਟ ਇਹ ਟੈਸਟੀਮੋਨੀਅਲ ਸਾਡੇ ਇੰਸਟਾਗ੍ਰam ਪੇਜ ਤੇ ਫੇਸਬੁੱਕ ਤੇ ਦੇਖ ਸਕਦੇ ਹੋ ਇੱਕ ਬੜਾ ਵੱਡਾ ਫਾਇਦਾ ਜਿੰਨਾ ਬੱਚੇ ਨੇ ਆਸਟ੍ਰੇਲੀਆ ਅਪਲਾਈ ਕੀਤਾ 2022 ਵਾਲਾ 23 ਵਾਲਾ ਜਾਂ 21 ਵਾਲਾ ਪਲੱਸ 2 2021 ਚ ਕੀਤੀ 22 ਚ ਕੀਤੀ ਜਾਂ 23 ਚ ਕੀਤੀ ਹੈ ਓਵਰঅল 6 ਬੈਂਡ ਹੋਣਗੇ ਜਾਂ ਪੀਟੀ ਚੋਂ 54 ਸਕੋਰ ਹੋਣਗੇ ਤਾਂ ਹੀ ਅਪਲਾਈ ਕੀਤਾ ਫੰਡ ਜ਼ਮੀਨਾਂ 2 ਮਹੀਨਾ 2 ਮਹੀਨਾ ਪੁਰਾਣੇ ਹੋਣਗੇ 25-30 ਲੱਖ ਰੁਪਏ ਹੋਏਗਾ ਤਾਂ ਹੀ ਅਪਲਾਈ ਕੀਤਾ ਨਾ ਆਸਟ੍ਰੇਲੀਆ ਉਹ ਬੱਚਾ ਨਿਊਜ਼ੀਲੈਂਡ ਅਗਰ ਅਪਲਾਈ ਕਰਦਾ ਤਾਂ ਉਹ ਤਾਂ 100% ਸਕਸੈਸ ਸ਼ੇਟ ਆ ਤੁਸੀਂ 12ਵੀਂ 2022 'ਚ ਕੀਤੀ ਐ 2023 'ਚ ਕੀਤੀ ਐ ਯੂ ਆਰ ਐਲੀਜੀਬਲ ਹਾਲੇ ਕਿ ਆਸ਼ੀਆ 2022 'ਲੇ ਬੱਚੀ ਨੂੰ ਤਾਂ ਦੇਖਦਾ ਤੱਕ ਵੀ ਨਹੀਂ ਹੁਣ ਤਾਂ ਤਈ ਵਾਲੇ ਨੇ ਵੀ ਪੁੱਛ ਕੇ ਛੋਰੀ ਐ ਪਰ ਨਿਊਜ਼ੀਲੈਂਡ ਤੁਸੀਂ ਅਗਰ ਅਪਲਾਈ ਕਰਦੇ ਹੋ 2022 2023 ਪਾਸ ਆਊਟ ਹੋ ਤੁਹਾਡੇ ਕੋਲ ਫੰਡ 6 ਮਹੀਨੇ ਪੁਰਾਣੇ ਚਾਹੀਦੇ ਔਰ ਅਗਲੇ ਸਾਲ ਦੀ ਜਿਹੜੀ ਫੀਸ ਆ ਤੁਸੀਂ ਉਹਦਾ ਵੇਰਵਾ ਦਿਖਾ ਸਕਦੇ ਹੋ ਤਕਰੀਬਨ ਤੁਹਾਡੇ ਕੋਲ 30 ਤੋਂ 35 ਲੱਖ ਰੁਪਇਆ ਹੈ 6 ਮਹੀਨੇ ਪੁਰਾਣਾ ਯਾ ਤੁਸੀਂ ਐਜੂਕੇਸ਼ਨ ਲੋਅ ਲੈ ਸਕਦੇ ਹੋ ਆਪਦੇ ਗ੍ਰੈਂਡਪੇਰੈਂਟਸ ਦੇ ਫੰਡ ਦਿਖਾ ਸਕਦੇ ਹੋ ਨਾਨੇ ਨਾਨੀ ਦਾਦੇ ਦਾਦੀ ਦੇ ਚਾਚੇ ਤਾਇਦੇ ਵੀ ਤੁਸੀਂ ਫੰਡ 50% ਦਿਖਾ ਸਕਦੇ ਹੋ 6 ਮੰਥਸ ਹੋਲ ਤੁਹਾਡੇ ਕੋਲ ਫੰਡ ਹੈ ਤਾਂ ਨਿਊਜ਼ੀਲੈਂਡ ਦਾ ਸਕਸੈਸ 100% ਹੈ ਕੋਈ ਆਸਟ੍ਰੇਲੀਆ ਵਾਂਗੂ ਜੀਟੀ 'ਚ ਤੁਹਾਡੀਆਂ ਆਮ ਤੌਰ ਤੇ ਨੱਕ ਨਾਲ ਕੀੜਾ ਨਹੀਂ ਕਢੋਂਦਾ ਨਿਊਜ਼ੀਲੈਂਡ ہاں ਪ੍ਰੋਸੈਸਿੰਗ ਟਾਈਮ ਥੋੜਾ ਜਿਆਦਾ ਹੈ ਐਮਬੈਸੀ 2-2 ਮਹੀਨੇ ਕਈ ਵਾਰ ਰਿਜ਼ਲਟ ਦੇਣ 'ਚ ਲਗਾ ਦਿੰਦੀ ਹੈ ਬਟ ਇਹਦੇ 'ਚ ਆਫਰ ਲੈਟ ਜਲਦੀ ਪ੍ਰੋਸੈਸ ਹੁੰਦਾ ਹੈ ਤੁਸੀਂ ਡਿਗਰੀ 'ਚ ਅਪਲਾਈ ਕਰ ਦਿਓ ਓਵਰঅল 6 ਬੈਂਡ 12ਵੀਂ ਤੋਂ ਬਾ ਸੋ ਦੋਸਤੋ ਇਹ ਮੈਸੇਜ ਇਹ ਵੀਡੀਓ ਉਹਨਾਂ ਬੱਚਿਆਂ ਦੇ ਲਈ ਜਿਹੜੇ ਆਸਟ੍ਰੇਲੀਆ ਪੜਨ ਜਾਣਾ ਚਾਹੁੰਦੇ ਸੀ ਬਟ ਰਿਫਿਊਜ਼ ਹੋ ਚੁੱਕੇ ਆ ਜਾਂ ਫਿਰ ਜੀਟੀ ਕਲੀਅਰ ਨਹੀਂ ਹੋਇਆ ਸੀਓਈ ਨਹੀਂ ਆ ਪਾਰੀ 2022 ਚ ਪਲੱਸ 2 ਪਾਸ ਕੀਤੀ ਆ ਤਾਂ ਨਿਊਜ਼ੀਲੈਂਡ ਪੜਨ ਜਾਇਆ ਜਾ ਸਕਦਾ ਵੈਰੀ ਗੁੱਡ অপਸ਼ਨ ਫॉर ਦੋ ਸਟੂਡੈਂਟਸ ਜਿਹੜੇ ਪਹਿਲਾਂ ਪੈਸੇ ਨਹੀਂ ਖਰਚਣਾ ਚਾਹੁੰਦੇ ਕਿਉਂਕਿ ਇਹਦੇ ਚ ਕੋਈ ਪੈਕੇਜ ਸਿਸਟਮ ਨਹੀਂ ਚੱਲਦਾ ਫੀਸ ਵੀਜ਼ੇ ਲੱਗਣ ਤੋਂ ਬਾਅਦ ਚ ਜਾਂਦੀ ਹੈ ਤੁਸੀਂ ਪਹਿਲਾਂ ਸਿਰਫ ਆਪਦੀ ਐਮਬੈਸੀ ਫੀਸ ਪੇ ਕਰਨੀ 25000 ਰੁਪਏ ਹੋਰ ਕੁਝ ਨਹੀਂ ਪੇ ਕਰਨਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਜਾਂ ਉਰੇ ਵੀ ਦੱਸ ਦਿਆਂ ਸਾਡੀਆਂ ਜਿੰਨੀਆਂ ਅਪਰੂਵਲ ਆਈਆਂ ਉਹਨਾਂ ਚੋਂ 50% ਅਪਰੂਵਲ ਉਹਨਾਂ ਬੱਚਿਆਂ ਦੀਆਂ ਆਈਆਂ ਜਿਨ੍ਹਾਂ ਨੂੰ ਐਫਟੀਐਸ ਭਰਨ ਦੀ ਲੋੜ ਹੀ ਨਹੀਂ ਪਈ ਯਾਨੀ ਕਿ 20000 ਡਾਲਰ ਨਾਲ ਲੈ ਕੇ ਜਾਂਦੀ ਲੋੜ ਹੀ ਪਈ ਕੱਲੀ ਆਪਣੀ ਸਾਲ ਦੀ ਫੀਸ ਭਰੋ 18 ਤੋਂ 22000 ਡਾਲਰ ਸਾਲ ਦੀ ਫੀਸ ਹੈ ਉਹ ਵੀ ਵੀਜ਼ਾ ਉਨ ਤੋਂ ਬਾਅਦ ਯਾਨੀ ਕਿ 9 ਤੋਂ 10 ਲੱਖ ਰੁਪਏ ਤੁਹਾਡੀ ਸਾਲ ਦੀ ਫੀਸ ਹੈ ਵੀਜ਼ਾ ਅਪਰੂਵਲ ਹੋਣ ਤੋਂ ਬਾਅਦ ਤੁਸੀਂ ਫੀਸ ਪੇ ਕਰਨੀ ਹੈ ਨਾਲ ਪੈਸੇ ਖਰਨ ਦੀ ਲੋੜ ਨਹੀਂ ਪੈਂਦੀ ਯੈਸ ਇਟ 올 ਡਿਪੈਂਡ ਓਨ ਵੀਜ਼ਾ ਆਫੀਸਰ ਕਈ ਬੱਚਿਆਂ ਨੂੰ ਜਦੋਂ ਅਪਰੂਵਲ ਇਨ ਪ੍ਰਿੰਸੀਪਲ ਆਈ ਵੀਜ਼ਾ ਅਪਰੂਵਲ ਆਈ ਤਾਂ ਉਦੋਂ ਫੀਸ ਭਰਨ ਦੇ ਲਈ ਔਰ ਇੱਕ ਸਾਲ ਦਾ ਐਫਟੀਐਸ ਯਾਨੀ ਕਿ 2000 ਡਾਲਰ ਆਪਦੇ ਨਿਊਜ਼ੀਲੈਂਡ ਵਾਲੇ ਅਕਾਊਂਟ ਚ ਜਮ੍ਹਾਂ ਕਰਉਣ ਲਈ ਕਿਹਾ ਗਿਆ ਬਟ 50% ਬੱਚਾ ਨਹੀਂ ਕੀਤਾ ਗਿਆ ਸੋ ਇੱਕ ਤਾਂ ਖਰਚਾ ਘਟਦਾ ਦੂਜਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਜਾਂਦੇ ਤੀਜਾ ਆਸਟ੍ਰੇਲੀਆ ਦੇ ਜੀਟੀਈ ਵਾਂਗੂ ਨਿਊਜ਼ੀਲ ਅਟ ਰਾਸ ਕੋ ਬੋਲਦਾ ਹੁਣ ਤੱਕ ਦਾ ਸਕਸੈਸ ਰੇਟ 100% ਹੈ ਸਾਡੇ ਇੱਕ ਬੱਚੇ ਦਾ ਵੀਜ਼ਾ ਰਿਫਿਊਜ਼ ਹੋਇਆ ਸੀ ਸਾਡੇ ਕੋਲੋਂ ਰਿਫਿਊਜ਼ ਹੋਇਆ ਸੀ ਟੈਕਨੀਕਲ ਕਾਰਨਾ ਕਰਕੇ ਵੀਜ਼ਾ ਆਫਸਰ ਨੇ ਉਹਨੂੰ ਰਿਫਿਊਜ਼ ਦਿੱਤੀ ਅਸੀਂ ਉਹਦੇ ਡਿਸੀਜਨ ਨੂੰ ਚੈਲੰਜ ਕੀਤਾ ਦੁਬਾਰਾ ਫਿਰ ਰੀਪਲਾਈ ਕੀਤਾ ਉਹਦੀ ਪੁਰਾਣੀ ਰਿਫਿਊਜ਼ਲ ਦੀ ਜਸਟੀਫਿਕੇਸ਼ਨ ਲਗਾਈ ਔਰ ਵਿਦਿਨ 3 ਵੀਕਸ ਵਿੱਚ ਬੱਚੇ ਦਾ ਵੀਜ਼ਾ ਲੈ ਕੇ ਦਿਖਾਇਆ ਸ਼ਾਇਦ ਉਸ ਬੱਚੇ ਦਾ ਨਾਮ RAM TEERATH ਸੀਗਾ ਜਾਂ TEERATH RAM ਹੈ ਕਿਤੇ ਕਨਫਿਊਜ਼ ਹੋ ਰਿਹਾ ਸ਼ਾਇਦ ਪਰ ਤੁਸੀਂ ਟੈਸਟੀਮੋਨੀ ਸਾਡੇ ਫੇਸਬੁੱਕ ਪੇਜ ਇੰਸਟਾਗ੍ਰਾਮ ਪੇ ਤੇ ਜਾ ਕੇ ਦੇਖੋ ਆਸਟ੍ਰੇਲੀਆ ਤੋਂ ਰਿਫ ਨਿਊਜ਼ੀਲੈਂਡ ਤੋਂ ਰਿਫਿਊਜ਼ ਦੁਬਾਰਾ ਫਿਰ ਰੀਪਲਾਈ ਕੀਤਾ ਉਹਦਾ ਵੀਜ਼ਾ ਲੱਗਾ ਔਰ ਸਭ ਤੋਂ ਵੱਡਾ ਫਾਇਦਾ ਕਿ ਜਿਵੇਂ ਆਸਟ੍ਰੇਲੀਆ ਇੱਕ ਵਾਰ ਰਿਫਿਊਜ਼ ਹੋਣ ਤੋਂ ਬਾਅਦ ਤੁਸੀਂ ਦੁਬਾਰਾ ਵੀਜ਼ਾ ਨਹੀਂ ਲੈ ਸਕਦੇ ਪਰ ਨਿਊਜ਼ੀਲੈਂਡ ਤੁਸੀਂ ਇੱਕ ਵਾਰ ਰਿਫਿਊਜ਼ ਹੋਣ ਤੋਂ ਬਾਅਦ ਦੁਬਾਰਾ ਫਿਰ ਰੀਪਲਾਈ ਕਰਦੇ ਹੋ ਵਿਦ ਫੈਕਟਸ ਐਂਡ ਫਿਗਰ ਆਪਣੀ ਜਸਟੀਫਿਕੇਸ਼ਨ ਦਿੰਦੇ ਹੋ ਤਾਂ ਤੁਹਾਨੂੰ ਵੀਜ਼ਾ ਮਿਲਦਾ ਸੋ ਨਿਊਜ਼ੀਲੈਂਡ ਵਿੱਚ ਪੈਸਾ ਬਾਅਦ ਚ ਜਾਣਾ ਫੰਡ 6 ਮਹੀਨੇ ਪੁਰਾਣੇ ਚਾਹੀਦੇ ਨੇ 25 ਤੋਂ 30 ਲੱਖ ਰੁਪਏ ਜਿਹੜੀ ਅਗਲੇ ਸਾਲ ਦੀ ਫੀਸ ਹੈ ਉਹ ਨਵੀਂ ਵੀ ਦਿਖਾਈ ਜਾ ਸਕਦੀ ਹੈ ਸੋ ਨਿਊਜ਼ੀਲੈਂਡ ਐਸਟਾ ਸੋ ਇਸ ਤਰ੍ਹਾਂ ਵਾ ਤੁਸੀਂ ਯੂਐਸਏ ਪੜ੍ਹਨਾ ਚਾਹੁੰਦੇ ਹੋ ਜਾਂ ਯੂਰਪ ਚ ਪੜ੍ਹਨਾ ਚਾਹੁੰਦੇ ਹੋ ਜਾਂ ਵਰਕ ਪਰਮਿਟ ਜਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਆਪਸ਼ਨ ਦੀ ਅਗਰ ਭਾਲ ਚੋ ਤਾਂ ਆਰਐਸ ਗੋਬਲ ਤੁਹਾਡੇ ਇੱਕ ਇਕਲੌਤਾ ਇਹੋ ਜਿਹਾ ਨਾਮ ਹੈ ਜੋ 32 ਕੰਟਰੀਆਂ ਚ ਬੱਚਿਆਂ ਨੂੰ ਸਟੱਡੀ ਵੀਜ਼ਾ ਦੀ ਗਾਰੰਟੀ ਦਿੰਦਾ ਹੈ ਤਕਰੀਬਨ ਯੂਰਪ ਦੇ 18 ਮੁਲਕਾਂ ਚ ਤੁਹਾਨੂੰ ਵਰਕ ਪਰਮਿਟ ਤੇ ਭੇਜਣ ਦੀ ਸਲਾਹ ਦਿੰਦਾ ਹੈ ਆਸਟ੍ਰੇਲੀਆ ਵਰਕ ਪਰਮਿਟ ਯੂਕੇ ਵਰਕ ਪਰਮਿਟ ਕੈਨੇਡਾ ਵਰਕ ਪਰਮਿਟ ਤੇ ਜਾਣ ਦੀ ਸਲਾਹ ਦਿੰਦਾ ਸੋ ਤਮਾਮ ਇੰਡੀਆ ਤੋਂ ਉੱਠ ਕੇ ਬਾਹਲੇ ਮੁਲਕਾਂ 'ਚ ਪੱਕੇ ਤੌਰ ਤੇ ਜਾਣਾ ਜਾਂ ਪੜ੍ਹਾਈ ਦੇ ਤੌਰ ਤੇ ਜਾਣਾ ਜਾਂ ਕੰਮ ਕਰਨ ਜਾਣਾ ਤਾਂ ਆਰਐਸ ਗੋਪਲ ਦੀ ਟੀਮ ਦੀ ਮਦਦ ਜੂ ਲਈ ਜਾ ਸਕਦੀ ਹੈ ਤੁਸੀਂ ਕਿਸ ਟੌਪਿਕ ਤੇ ਵੀਡੀਓ ਸੁਣਨਾ ਚਾਹੁੰਦੇ ਹੋ ਕਿਸ ਟੌਪਿਕ ਨੂੰ ਲੈ ਕੇ ਕਨਫਿਊਜ਼ ਹੋ ਜਾਂ ਕੁਲਰਟੀ ਚਾਹੁੰਦੇ ਹੋ ਆਪਦੇ ਸੁਝਾਅ ਕਮੈਂਟ ਰੂਮ 'ਚ ਜੂੜ ਦੇ ਦਿਓ ਜਿਸ ਟੌਪਿਕ ਤੇ ਸਭ ਤੋਂ ਵੱਧ ਕਮੈਂਟ ਤੁਹਾਡੇ ਹੋਣਗੇ ਅਗਲੀ ਵੀਡੀਓ ਉਸੇ ਟੌਪਿਕ ਤੇ ਬਣਾ ਕੇ ਤੁਹਾਡੀ ਕਨਫਿਊਜ਼ਨ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਤਦ ਤੱਕ ਜੁੰਦੇ ਵਾਸਤੇ ਰੱਬ ਰੱਖਾ ਸਤਿ ਸ਼ਕਰ